ਸਾਡੇ ਜੋ ਸੀ ਸਾਡਾ ਸਾਡਾ ਕਿਹੜਾ ਦਰ ਤਰਨਾ ਤਰਨਾ ਦਰ ਜਿਹੜਾ ਜਿਹੜਾ ਦਾਮ ਦੀ ਟਕਸਾਲ ਉਹ ਦਾ ਇਹਨਾਂ ਨੇ ਬਣਾਇਆ ਇਹ ਪਾਠ ਕਿਉਂ ਸਿਖਾਉਂਦੇ ਆ ਅੱਛਾ ਅੱਛਾ ਗਿਆਨੀ ਜਿੱਦਾਂ ਪਾਠ ਸਿਖਾਉਂਦੇ ਆ ਇਹ ਇਹ ਉਹ ਨਹੀਂ ਬਾਣੀ ਪੜਾਉਂਦੇ ਸੀਗੇ ਉਹ ਤਾਂ ਕਹਿੰਦੇ ਦੰਦ ਮਿੱਠੇ ਸਾਹਿਬ ਜੀ ਕਿਉਂਕਿ ਬਾਬਾ ਜੀ ਦੇ ਲਾਈਨ ਬਣਾ ਬਾਬਾ ਜੀ ਪੜਾਉਂਦੇ ਸੀ ਨਾ ਬਾਣੀ ਪੜਾਉਂਦੇ ਸੀ ਦੰਦ ਮਿੱਠੇ ਬਾਣੀ ਪੜਾਉਂਦੀ ਆ ਤੇ ਬਾਬਾ ਦੀਪ ਸਿੰਘ ਜੀ ਬਾਣੀ ਪੜਾਉਂਦੇ ਸੀ ਉਹ ਇਸ ਲਈ ਉਹਨੇ ਕਹਿ ਤਾ ਬਾਬਾ ਦੀਪ ਸਿੰਘ ਜੀ ਸਾਡੇ ਵਿੱਚੋਂ ਵੀ ਹੈਗੇ ਆ ਐਵੇਂ ਸਾਡੇ ਵਿੱਚੋਂ ਬਣਾਓ ਬਾਣਾ ਬਣਾਓ ਲਿਖਦੇ ਉਹਦੇ ਹੈਗੇ ਤਾਂ ਸਾਡੀ ਮਿਸਲ ਸ਼ਹੀਦੀ ਚੱਲ ਰਹੀ ਤਰਨਾ ਦਲ ਸ਼ਹੀਦੀ ਮਿਸਲ ਬਾਬਾ ਬਕਾਲਾ ਉੱਥੇ ਸ਼ਹੀਦ ਹੋਏ ਆ ਬਾਬਾ ਦੀਪ ਸਿੰਘ ਉੱਥੋਂ ਸ਼ਹੀਦ ਹੋਏ ਆ ਉੱਥੇ ਸਾਡੀ ਮਿਸਲ ਚੱਲਦੀ ਆ ਚਲੋ ਆਪਣੇ ਹਰਿਮੰਦਰ ਸਾਹਿਬ ਬਾਬਾ ਜੀ ਅਟੈਕ ਹੁੰਦਾ ਹੀ ਹੈ ਨਾ ਕੋਈ ਨਾ ਕੋਈ ਕਰਦਾ ਹੀ ਆ ਉੱਥੇ ਪੰਗਾ ਪੈਂਦਾ ਹੀ ਆ ਹੁਣ ਨਹੀਂ ਹੋਣਾ ਹੁਣ ਰਾਜ ਖਾਲਸੇ ਦਾ ਹੋਇਆ ਤਿੰਨ ਵਾਰੀ ਹੋਣਾ ਸੀਗਾ ਵਾਹ ਤਿੰਨ ਵਾਰੀ ਮੀਆਂ ਮੀਟ ਇੱਟ ਖਾਈ ਹਾਂ ਗੁਰੂ ਰਾਮਦਾਸ ਜੀ ਨੇ ਅੱਛਾ ਤੇ ਤਿੰਨ ਇੱਕ ਵਾਰੀ ਤਿੰਨ ਵਾਰੀ ਇੱਟ ਡਿੱਗ ਪਈ ਅੱਛਾ ਅੱਛਾ ਹੱਥੋਂ ਅਕਾਲ ਤਖਤ ਦੇ ਹਰਿਮੰਦਰ ਸਾਹਿਬ ਜੀ ਇੰਨੀ ਲਿਖਾਈ ਅੱਛਾ ਮੀਆਂ ਮੀਰ ਪੀਰ ਸੀ ਨਾ ਬਹੁਤ ਤਕੜਾ ਹਾਂ 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 ਤੇ ਉਹਨੂੰ ਕਹੇ ਤੇਰਾ ਮਾਲ ਰੱਖਾ ਤੂੰ ਇੱਟ ਰੱਖ ਅੱਛਾ ਫਿਰ ਉਹ ਤਿੰਨ ਵਾਰੀ ਉੱਥੇ ਬੈਠ ਡਿੱਗ ਪਈ ਉਹ ਮਾਲ ਨੇ ਆਖਿਆ ਤਿੰਨ ਵਾਰੀ ਇਹ ਅਟੈਕ ਹੋਣਾ ਫਿਰ ਬਾਅਦ ਤੀਜੀ ਵਾਰ ਹੋ ਚੁੱਕਿਆ ਹੁਣ ਖਾਲਸਾ ਰਾਜ ਆ ਵਾਹ ਹੁਣ 90 ਕਰੋੜ ਫੌਜ ਆ ਰਹੀ ਆ ਵਾਹ ਪਾਪ ਸਿੰਘ ਅਬਨਾਸਨ ਕੋ ਕਲ ਕੀ ਅਵਤਾਰ ਕਹਾਵੇਂਗੇ ਤੁਰਕਾ ਸੁਰਕਾ ਸੁਪਾਚ ਬਰੋ ਕਾੜ ਕਾੜ ਕਿਰਪਾਨ ਖਪਾਵੇਂਗੇ ਨਿਕਸੇ ਜਿਵ ਕੇ ਹਰ ਪਰਬਤ ਤੇ ਤਬ ਤੋ ਦੁਮਾਲੇ ਭਾਵੇਂਗੇ ਪਰ ਭਾਗ ਪੈ ਸੰਭਲ ਚ ਹਰ ਜੀ ਹਰਿਮੰਦਰ ਆਵੇਂਗੇ ਵਾਹ ਇੱਥੋਂ ਪ੍ਰਗਟ ਹੋਣਾ ਪ੍ਰਗਟ ਹੋਵੇ ਆਪ ਰਾ ਹਰਿਮੰਦਰ ਮੇਰੇ ਕੋਲ ਪੜਿਆ ਲਿਖਿਆ ਲੈ ਜਾਓ ਨਾਲ ਇੱਕ ਵਾਹਿਗੁਰੂ ਸਿੰਘ ਮਰੇ ਸਭ ਆਏ ਮਹਾਰਾਜ ਦਾ ਨਾਮ ਵਾਹਿਗੁਰੂ ਹੋਊਗਾ ਇੱਥੇ ਪ੍ਰਗਟ ਹੋਣਾ ਮਹਾਰਾਜ ਨੇ ਸੱਚਖੰਡ ਚੱਲਣੀ ਆ ਫੌਜ ਉਹ ਕਲ ਯੁਗ ਚ ਹਾਂ ਇਸ ਵੇਲੇ ਹੁਣ ਬਸ ਆਹ ਹੁਣ ਰੌਲੇ ਪੈ ਰਹੇ ਸਭ ਮਿਲ ਜਾਣੇ ਸਹੀ ਆ ਬਹੁਤ ਰੌਲੇ ਬਾਬਾ ਜੀ ਸਭ ਗੱਲਾਂ ਮਿਲ ਜਾਣਾ ਬਾਬੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਮੱਥਾ ਟੇਕਦਾ ਸੀਗਾ ਇਹ ਬਹੁਤ ਮੁਸਲਮਾਨ ਜਿਹੜੇ ਸੀਗੇ ਬਹੁਤ ਬਹੁਤ ਕਿਰਨਾ ਕਰਦੇ ਸੀਗੇ ਤੇ ਜਿਹੜੇ ਅਰਜਨ ਦੇਵ ਜੀ ਨੂੰ ਬਿਠਾਇਆ 30 ਲੋਹ ਤੇ ਅਤੇ ਇਹ ਆਪ ਮਹਾਰਾਜ ਹੱਥਲ ਮਾਰਿਆ ਜਾ ਕੇ ਮਹਾਰਾਜ ਮੈਨੂੰ ਹੁਕਮ ਕਰੋ ਦਿੱਲੀ ਅਤੇ ਲਾਹੌਰ ਦੀ ਇਹ ਢਿੱਡ ਖੜਕਾ ਦਿਆਂ ਮਹਾਰਾਜ ਕਹਿੰਦੇ ਸ਼ਕਤੀ ਕਿੱਥੋਂ ਲਈ ਕਹਿੰਦੇ ਜੇ ਕਿਤੇ ਤੁਸੀਂ ਗੰਨਾ ਚੁਗਦੇ ਸੀ ਤਾਂ ਮੈਂ ਤੁਹਾਡਾ ਛਿੱਲਣ ਚੁਗ ਲਿਆ ਕਹਿੰਦੇ ਲੈ ਦਰਿਆ ਵਿੱਚੋਂ ਤੂੰ ਸਮੁੰਦਰ ਵਿੱਚੋਂ ਇੱਕ ਚੂੜੀ ਭਰ ਕੇ ਪੀ ਗਿਆ ਹੱਤਿਆ ਦਰਿਆ ਉੱਦਾਂ ਹੀ ਵਗਦਾ ਉਹਦੇ ਕੋਲ ਇੱਟ ਰਖਾਈ 3 ਵਾਰੀ ਇੱਟ ਜਾਵੀ ਉਹ ਦਸ ਤੋਂ ਮਹਾਰਾਜ ਕਿਹਾ 3 ਅਟੈਕ ਹੋਣਗੇ ਇੱਥੇ ਇੱਕ ਵਾਰੀ ਹੋ ਚੁੱਕਾ ਦੂਜੀ ਵਾਰ ਹੋਇਆ ਤੀਜੀ ਵਾਰ ਫੇਰ ਹੋਇਆ ਹੁਣ ਬੰਦ ਹੁਣ ਪਤੇ ਆ ਹੁਣ ਨਹੀਂ ਹੋਣਾ ਹੁਣ ਇੱਥੋਂ ਲੜਾਈ ਸ਼ੁਰੂ ਹੋਣੀ ਆ ਇੱਥੇ ਆ ਕੇ ਮਿਲ ਜਾਣੀ ਆ ਕੀ ਮਿਲਣਾ ਇੱਥੋਂ ਲੜਾਈ ਸ਼ੁਰੂ ਹੋਣੀ ਅਸੀਂ ਇੱਥੋਂ ਚੜ੍ਹਨਾ ਮਾਝੇ ਵਿੱਚ ਹੋ ਅਸੀਂ ਲੁੱਟੇਂਗੇ ਲਾਹੌਰ ਪਟਵਾਰ ਕੋ ਸਾਜ ਕੇ ਫਿਰ ਲੈਣਾ ਪਿਸ਼ੌਰ ਇਸ ਇੱਥੋਂ ਚੱਲਣਾ ਸਿੰਘਾਂ ਨੇ ਜਿਹੜੇ ਸ਼ਹੀਦ ਹੋਏ ਬਾਬੇ ਦੀਪ ਸਿੰਘ ਜੀ ਸਾਰੇ ਇਹ ਪਰਗਟ ਹੋ ਜਾਣਾ ਉਸਨੇ ਸਾਰੇ ਨਾਂ ਉਸ ਹੈ ਇੱਥੇ ਫਿਰਦੇ ਆ ਅਤੇ ਰੋਜ਼ ਗੁਰਦੁਆਰੇ ਜਾਂਦੇ ਮਹਾਰਾਜ ਬਾਬਾ ਦੀਪ ਸਿੰਘ ਹੁਣੀ ਤੁਸੀਂ ਦੇਖੋ ਜਾ ਕੇ ਚਿੱਟੇ ਰੰਗ ਦੇ ਕੱਪੜੇ ਹੁੰਦੇ ਆ ਉਹ ਗੁਰੂ ਰਾਮਦਾਸ ਹੁੰਦੇ ਅਤੇ ਉੱਥੇ ਬੈਠੇ ਹੁੰਦੇ ਆ ਸੰਗਤ ਵਿੱਚ ਵਾਹਿਗੁਰੂ ਕੀ ਇਹ ਜਿਹੜਾ ਹਰਿਮੰਦਰ ਸਾਹਿਬ ਸਰੋਵਰ ਹੈ ਇਹ ਭਾਈ ਵਿਸ਼ਨੂੰ ਸਾਹਿਬ ਵਿਸ਼ਨੂੰ ਜੀ ਆਪ ਟੱਕ ਲਾਇਆ ਗਏ ਆਪ ਸੇਵਾ ਕੀਤੀ ਆ ਵਾਹ ਅਤੇ ਉਹਦੇ ਲਿਖਿਆ ਜਦੋਂ ਫਿਰ ਸੰਗਤ ਕਹਿੰਦੀ ਮਹਾਰਾਜ ਇਹ ਕੌਣ ਹੈ ਬੜੀ ਬੜੀਆਂ ਕਹੀਆਂ ਸੋਨੇ ਦੇ ਕੜਾਹੇ ਕਹਿੰਦੇ ਇਹ ਵਿਸ਼ਨੂੰ ਭਗਵਾਨ ਆਪਣੇ ਦੇਵਤੇ ਲੈ ਕੇ ਆਇਆ ਸਰੋਵਰ ਦੀ ਸੇਵਾ ਕਰਦੇ ਆ ਕਹਿੰਦੇ ਮਾਂ ਸਾਨੂੰ ਦਿਖਾਓ ਮਹਾਰਾਜ ਫਿਰ ਇੱਥੇ ਬੈਠਿਆ ਜੀ ਹਰਿਮੰਦਰ ਸਾਹਿਬ ਜਿੱਥੇ ਜਿੱਥੇ ਹੁਣ ਸੰਗਤ ਮੱਥਾ ਡਿੱਗਦੀ ਆ ਇੱਧਰ ਜਿਹੜੀ ਵਿੱਚੋਂ ਵਿਸ਼ਨੂੰ ਜੀ ਆ ਰਹੇ ਮਾਲ ਨੂੰ ਮਿਲਣ ਵਾਸਤੇ ਮਹਾਰਾਜ ਇੱਧਰ ਉੱਠੇ ਉੱਧਰੋਂ ਆਇਆ ਅੱਧ ਵਿੱਚ ਜਾ ਕੇ ਚੱਪੀਆਂ ਪਾਈਆਂ ਮਹਾਰਾਜ ਨੇ ਜਿੱਥੇ ਘੜੀ ਬਣੀ ਉਹ ਆ ਕਿਸੇ ਪਤਾ ਇਹ ਗੱਲ ਤਾਂ ਅਸੀਂ ਧਿਆਨ ਸਾਰਾ ਸਾਡੇ ਕੋਲ ਹੈ ਐਮਿਨ ਬਲੀ ਸਿੰਘ ਜਵਾਨ ਹੈ
ਬੜੇ ਬੜੇ ਸਾਲ ਮੰਨ ਗਏ ਵੀ ਬਾਬਾ ਤੂੰ ਤਾਂ ਕਿਤੇ ਕਥਾ ਕਰ ਲਾ, ਮੈਂ ਕਥਾ ਕਰਕੇ ਪੈਸੇ ਨਹੀਂ ਮੈਂ ਇਕੱਠੇ ਕਰਨੇ। ਹਾਂ ਤੁਸੀਂ ਤਾਂ ਸਾਨੂੰ ਮੁੱਲ ਲੈਂਦੇ ਆ। ਮੈਂ ਸ਼ਬਦ ਪੜ੍ਹਦਾ ਤਾਂ ਬੜਾ ਆਨੰਦ ਲੋਕਾਂ ਨੂੰ ਲੱਗੇ ਬਾਬਾ ਜੀ ਸੰਗਤ ਵਿੱਚ ਸ਼ਬਦ ਸੁਣਾ ਲਓ। ਮੈਂ ਨਾ ਇਹ ਮੁੱਲ ਵਿੱਚ ਮੈਨੂੰ ਲੈ ਲੈਣਗੇ, ਇੱਥੇ ਵੀ ਚੱਲ ਇੱਥੇ ਵੀ ਚੱਲ। ਹਾਂ ਸਾਡੇ ਕੋਲ ਇੰਨੇ ਭੜਾਰੇ ਭਰੇ ਪਏ ਆ, ਨਹੀਂ ਤਾਂ ਜਲ ਸਲ ਕਿਸੇ ਕੋਈ ਹੁੰਦਾ। ਹਾਂ ਨਹੀਂ ਸਾਰੇ ਫੁੱਲੀ ਮਾਰਨੀ ਹੈ, ਸਾਰੇ ਕੁੜੀਆਂ ਦੇਖਦੇ ਆ। ਕੋਈ ਕਹਿੰਦਾ ਆਹ ਮੇਰੇ ਕੋਲ ਆ ਜਾ, ਮੇਰੇ ਕੋਲ ਆ ਜਾ, ਢੇਰ ਲੱਗਾ ਬੀਬੀਆਂ ਨੂੰ। ਮੈਂ ਕਹਿੰਦਾ ਬਾਬਾ ਹੀ ਜਾਓ। ਹਾਂ ਬੀਬੀਆਂ ਮੰਨ ਗਈਆਂ ਵੀ ਬਾਬਾ ਤੈਨੂੰ ਕਿੱਥੇ ਮਿਲੀ ਚੀਜ਼ ਇਹ। ਮੈਂ ਕਿਹਾ ਮੈਂ ਅੰਮ੍ਰਿਤਸਰ ਸੇਵਾ ਕੀਤੀ ਆ, ਦਸ ਦਸ ਮੀਲ 'ਤੇ ਜਾ ਕੇ ਰੋਟੀਆਂ ਮੰਗ ਕੇ ਲਿਆਉਣੀਆਂ, ਦੁੱਧ ਮੰਗ ਕੇ ਲਿਆਉਣਾ, ਉੱਥੇ ਸੰਗਤ ਨੂੰ ਸਿਖਾਉਣਾ ਜਿਹੜੀ ਸੇਵਾ ਕਰਦੀ ਆ, ਨੰਗੇ ਪੈਰੀ ਜਾਣਾ। ਹਾਂ ਐਵੀਂ ਥੋੜ੍ਹਾ ਵੀ ਰੱਬ ਨੂੰ ਸਾਰੇ ਜੱਫੇ ਪਾਉਣਾ ਚਾਹੁੰਦੇ ਆ। ਪਤਾ ਰੱਬ ਕਿੱਦਾਂ ਮਿਲਦਾ, ਸਿਰ ਤਿਆਰੀ ਦਿਖਾਉਣੀ ਪੈਂਦੀ ਆ, ਬੰਦ ਬੰਦ ਕਟਾਉਣਾ ਪੈਂਦਾ। ਚਾਲੂ ਕੋਈ ਹੱਥ ਮਾਰੀ ਲੱਗ ਜਾਂਦਾ, ਇਹ ਮਰ ਗਿਆ। ਅਸਲੀ ਸਿੱਖੀ ਮੈਂ ਪੂਰਾ ਚੜ੍ਹਦੀ ਕਲਾ ਇੱਥੋਂ ਤਾਂ ਮੈਨੂੰ ਆ ਦੇਖ, ਮੈਂ ਕੁੰਡੀ 'ਚ ਬੈਠਾ ਨਾ, ਕਈ ਸੇਠ ਆਉਂਦੇ ਬਾਬਾ ਜਿਹੜੇ ਮੇਰੇ ਮਿੱਤਰ ਆ। ਬਾਬਾ ਜੀ ਤੁਹਾਨੂੰ ਕੁਛ ਮੈਂ ਕਿਹਾ ਗੱਲ ਸੁਣਨ ਨਾਲ ਜੋ ਉੱਥੋਂ ਮੈਂ ਕਿਹਾ ਮੈਂ ਕੁੰਡੀਆਂ 'ਚ ਰਹਿ ਕੇ ਰਾਜੀ ਹਾਂ, ਉਹਦਾ ਕੰਮ ਕਾਜ 'ਚ ਸਾਨੂੰ ਮੈਂ ਸਾਡੇ 'ਚ ਦਿੱਤਾ ਸਟਰੋਹਾ ਰਾਜ ਦੇ ਮੇਰੇ ਚੱਕਵਣ ਬਣਾਏ ਪੀਖ ਮੰਗਾਵੇ ਤਾਂ ਕਿਆ ਕਰ ਜਾਏ। ਇਹ ਬਚਨ ਉੱਥੇ ਸੁਣਾਏਗਾ ਲੋਕਾਂ ਨੂੰ? ਸੁਣਾਊਗਾ ਬਾਬਾ ਜੀ ਪੱਕਾ। ਇਹ ਗੁਪਤ ਬਾਣੀ ਆ, ਇਹ ਗੁਪਤ ਚੀਜ਼ਾਂ ਆ, ਪਰ ਇਹ ਖਾਸ ਜਿਹੜੇ ਲੱਭਣਾ ਲੱਭਣਾ। ਮੈਂ ਤੁਹਾਨੂੰ ਇੱਕ ਚੀਜ਼ ਦਿੰਦਾ, ਉੱਥੇ ਜਾ ਕੇ ਸਾਰੇ ਗੁਰਦੁਆਰੇ ਲਾਉਣਾ ਆਉਣ ਵਾਲਾ ਸਮਾਂ। ਨਾਨਕ ਜੀ ਕਹਿੰਦੇ ਆ ਅਸੀਂ ਮੱਕੇ ਮੱਕਾ ਫਰਾ ਦੀਆਂ ਮਾਰਨ ਨੇ, ਜਦ ਮੱਕਾ ਫਰਾਤਾ ਤਾਂ ਫਿਰ ਕਹਿਣ ਲੱਗੇ ਪੀਰ ਕਹਿਣ ਲੱਗੇ ਮਹਾਰਾਜ ਹੁਣ ਕੀ ਕੀ ਕਰੋਗੇ? ਮਹਾਰਾਜ ਕਹਿੰਦੇ ਦਸਵੇਂ ਦਸ ਜਾਮੇ ਧਾਰਾਂਗੇ। ਦਸਵੇਂ ਜਾਮੇ ਤਾਂ ਅਸੀਂ ਮੁੱਛਾਂ ਵਾਲੇ ਸਿੰਘ ਤਲਵਾਰਾਂ ਵਾਲੇ ਸਿੰਘ ਅਤੇ ਜਿਹੜੇ ਧਰਮ ਰੱਖਣਗੇ ਉਹ ਅਸੀਂ ਲਿਆਵਾਂਗੇ, ਉਹ ਉਹਨੂੰ ਫਿਰ ਸਜਾ ਕੇ ਫਿਰ ਅਸੀਂ ਚਲੇ ਜਾਣਾ, ਉਹ ਬਾਅਦ ਵਿੱਚ ਫਿਰ ਆ ਕੇ ਰਾਜ ਕਰਾਉਣਾ। ਹੁਣ ਆਉਣ ਮਹਾਰਾਜ ਨੇ ਆਲ ਵਰਲਡ ਰਾਜ ਖਾਲਸੇ ਦਾ ਆ, ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਜਿੱਥੋਂ ਸੂਰ ਚੜ੍ਹਦਾ ਅਸੀਂ ਜਾ ਕੇ ਛੁਪਦਾ ਉੱਥੇ ਰਾਜ ਹੋਣਾ ਖਾਲਸੇ ਦਾ। ਇਹ ਮੈਂ ਚੱਲਦੀ ਚਲਾ ਨਾਨਕ ਆਖੇ ਰੁਕਣ ਦੀ ਸੱਚਾ ਸੁਣੋ ਜਵਾਬ ਪੜੇ ਸਨੇ ਜੇ ਪੀਰ ਤੇ ਛੁੱਟੇ ਸਭ ਜਾਵ ਦਸਵਾਂ ਜਾਮਾ ਪੈਰ ਕੇ ਬੈਠੇ ਉੱਪਰ ਕਰਤਾਰ ਰੰਗ ਦੇ ਪਾਤਸ਼ਾਹ ਸਿਓ ਯੁੱਧ ਕਰੂੰ ਬਹਾਰ ਟੁਕਵਲੇ ਆਪਣਾ ਦੇ ਕੇ ਭੇਜ ਦਿਆਂਗਾ ਸਿੰਘ ਦੇਖ ਉਹਨਾਂ ਨੂੰ ਬੋਲ ਦੀ ਪਾਤਸ਼ਾਹ ਰੰਗ ਅੱਗੇ ਪੈਦਾ ਕਿਉਂ ਕਿਹਾ ਪਲਾਂ ਕਿਉਂ ਗੋਬਿੰਦ ਬਚਨ ਪਾਲ ਨਹੀਂ ਸਕਣਗੇ ਬਹੁਤ ਪੜੇਗਾ ਜੰਗ। ਹੁਣ ਦੇਖ ਲਓ ਬਚਨ ਪਾਲ ਦਾ ਹੁਣ ਜੰਗ ਪੈਣਾ ਅਤੇ ਸਭ ਹਿੰਦੂ ਮੁਸਲਮਾਨ ਜਿੰਨੇ ਵੀ ਸਭ ਖਤਮ ਹੋ ਜਾਣੇ, ਜਿਹੜੇ ਹਿੰਦੂ ਆ ਨਾ ਸਿੰਘਾਂ ਦੇ ਪੁੱਤ ਸਭ ਸਿੰਘ ਬਣ ਜਾਣਗੇ। ਵਾਹ ਸਿੰਘਾਂ ਦੇ ਪੁੱਤ, ਸਿੰਘਾਂ ਦੇ ਪੁੱਤ ਜਿਹੜੇ ਹਿੰਦੂ ਹੋਏ ਵਾ ਆਹ ਦੇਖਦਾ ਭਰਾ ਦਾ ਪੁੱਤ ਹੈ ਇਹਨੂੰ ਕੁੱਟ ਕੁੱਟ ਕੇ ਲਾਲ ਕਰ ਦੂਗਾ। ਮੈਂ ਘਰ ਜਾਣਾ ਹੁੰਦਾ ਸੀ ਨਿਕਲ ਜਾ ਬੜਾ ਨਾਮ ਅਬ ਮੈਂ ਆਪਣੀ ਕਥਾ ਬਖਾਨਾ। ਮਹਾਰਾਜ ਕਹਿੰਦੇ ਮੈਂ ਕਥਾ ਤੈਨੂੰ ਸੁਣਾਉਣ ਲੱਗਾ ਆਪਣੀ। ਤਬ ਸਾਧੂ ਜੈ ਬਿਦ ਮਾਇਆ ਹੇਮਕੁੰਡ ਪਰਬਤ ਹੈ ਜਹਾਂ ਸਭ ਸਰਿੰਗ ਸੋਭਤਾ ਤਹਾਂ ਸਭ ਸਰਿੰਗ ਕਾ ਨਾਮ ਕਹਾਵਾ ਅੰਡ ਰਾਜ ਦਾ ਜੋ ਕਮਾਵਾ ਅਹਿਮ ਅਤਿ ਸੋਚਿਆ ਸਾਡੀ ਮਹਾਕਾਲ ਕਾਲ ਕਾ ਰਾਜ ਮੈਂ ਉੱਥੇ ਤਪੱਸਿਆ ਕੀਤੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ। ਇੱਦਾਂ ਦੇ ਬਾਜੀ ਤੁਹਾਨੂੰ ਕੋਈ ਸੁਣਾ ਹੀ ਨਹੀਂ ਸਕਦਾ, ਉਹਦਾ ਹੋਰ ਹੀ ਕਹਿੰਦਾ ਸੁਣਾਈ ਜਾਣੀ ਉਹਦੇ ਨਾ ਉਹ ਸੰਤ ਬੇਟਾ ਉਹ ਤੇ
ਬਸ ਸਾਰੇ ਭੁੱਲਿਓ ਹਾਂ ਹਾਂ ਬਾਬਾ ਜੀ ਮੰਨਦੇ ਆ ਇਹ ਤਾਂ ਹੋ ਗੱਲ ਆ।